ਉਹਨਾਂ ਦੀ ਸੇਵਾ ਕਰਨ ਵਾਲਾ ਹਨੂੰਮਾਨ ਜਿਹਦੇ ਉੱਤੇ ਹੱਦ ਤੋਂ ਜ਼ਿਆਦਾ ਉਹ ਪਸੀਜ ਗਏ ਸੀ ਅਤੇ ਪਰਮ ਭਗਤ ਸੀ ਉਹਨਾਂ ਦਾ। ਉਹਨਾਂ ਦਾ ਕਰਮ ਕੀ ਸੀ? ਕਹਿਣ ਲੱਗੇ ਕੀ ਸੀ? ਕਹਿਣ ਲੱਗੇ ਪਿਛਲੇ ਜਨਮ ਦੇ ਅੰਦਰ ਉਹਦੀ ਐਸੀ ਬਿਰਤੀ ਸੀ ਕਿ ਚੋਰੀ ਕਰ ਲਿਆ ਕਰਦਾ ਸੀ, ਬਹੁਤੀ ਚੋਰੀ ਕਰਦਾ ਸੀ ਕੱਪੜਿਆਂ ਦੀ। ਨਹਾਉਣ ਲੱਗਣਾ ਨਦੀ 'ਚ, ਕਿਸੇ ਨੇ ਕੱਪੜੇ ਚੱਕ ਕੇ ਨੱਠ। ਇੱਕ ਵਾਰੀ ਐਸਾ ਹੋਇਆ ਇੱਕ ਪਰਮ ਬੀਤ ਰਾਜ ਮਹਾਂਪੁਰਸ਼ ਆ ਕੇ ਨਹਾਉਣ ਲੱਗੇ। ਉਹ ਇਹਨਾਂ ਨੇ ਵਸਰੇ ਨੇ ਚੱਕ ਲਏ ਅਤੇ ਉਹ ਇੱਕਦਮ ਕਹਿਣ ਲੱਗੇ ਉਹ ਭਾਈ ਤੂੰ ਵਸਤਰ ਕਿਉਂ ਚੱਕੀ ਜਾਂਦਾ, ਨਾ ਹਟਿਆ। ਅਤੇ ਉਸ ਵੇਲੇ ਇੱਕ ਕੱਛ ਸਿੱਟ ਗਿਆ, ਕਹਿੰਦੇ ਚੰਗਾ ਜਾ ਤੈਨੂੰ ਵੱਡਾ ਤੈਅ ਕੰਮ ਕਰਨਾ ਸੀ ਅਗਲੇ ਜਨਮ 'ਚ, ਬਹੁਤ ਤੈਨੂੰ ਪ੍ਰਾਪਤੀ ਹੋਣੀ ਸੀ, ਪਰ ਤੇਰਾ ਜਿਹੜਾ ਕਰਮ ਹੈ ਇਹ ਤੈਨੂੰ ਉਸ ਵੇਲੇ ਕਰ ਇਹ ਕੱਛੇ ਮਿਲੇਗੀ, ਹੋਰ ਕੁਛ ਨਹੀਂ ਮਿਲਦਾ। ਮਹਾਰਾਜ ਦੇ ਅੰਦਰ ਫਰਮਾਨ ਆਉਂਦਾ ਕਿ ਦਾਦੀ ਲੈ ਲੰਕਾ ਗੜ ਪਾਲੀ ਲੈ ਰਾਵਣ ਬਣ ਸਰ ਵਿਸਲ ਆਣ ਤੋਤੀ ਲੈ ਹਰੀ ਗਰਮ ਗਰਮ ਛੋਟੀ ਮੁੜੀ ਸੀ। ਅਤੇ ਜਿਸ ਵਕਤ ਲੈ ਕੇ ਆਇਆ ਸੰਜੀਵਨੀ ਬੂਟੀ, ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ ਕਿ ਭਗਤ ਹਨੂੰਮਾਨ ਮੈਂ ਤੈਨੂੰ ਸੁਣਵਾਂ ਸਮਝਾਉਂਦਾ। ਇੱਕ ਵਾਰੀ ਲਛਮਣ ਜੀ ਜਿਉਂਦਾ ਵਰਗੇ ਇਹਨਾਂ ਨੇ ਬੂਟੀ ਲਿਆਂਦੀ ਅਤੇ ਉਸ ਵੇਲੇ ਆਪ ਇਸ਼ਨਾਨ ਕਰ ਰਹੇ ਸੀ ਅਤੇ ਉਸ ਵੇਲੇ ਜਦੋਂ ਕੋਲ ਆਏ ਸਿਰਫ ਦੋ ਕੱਪੜੇ ਸੀ ਆਪਦੇ ਕੋਲ, ਇੱਕ ਪੈਣੀ ਕਸ਼ ਸੀ ਉਹ ਬਦਲੀ ਅਤੇ ਦੂਸਰੀ ਪੈਣੀ। ਕਹਿਣ ਲੱਗੇ ਮੇਰੇ ਹੱਥ ਵਿੱਚ ਆਈ ਹੈ, ਮੇਰਾ ਫਰਮ ਸੀ ਵੀ ਜਦ ਤੂੰ ਆਏਗਾ ਜੋ ਕੁਛ ਮੇਰੇ ਕੋਲ ਹੋਊ ਮੈਂ ਤੈਨੂੰ ਦੇ ਦਾਂ, ਪਰ ਤੂੰ ਅਫਸੋਸ ਨਾ ਕਰ, ਤੇਰੇ ਪਿਛਲੇ ਜਨਮ ਦੇ ਵਿੱਚ ਤੈਨੂੰ ਕੱਛੇ ਮਿਲਣੇ ਸੀ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਪੂਰ ਲੋਕ ਰੁੱਤ ਕਰਮ ਨਾ ਮਿਟਰੀ ਮਿਟੇ ਮਿਟੇ ਰੀ ਕਰ ਕੀ ਗਹਿਣ ਤਾਂ ਜੇ ਮੋਏ ਜਾਪੀ ਅਰੇ ਰਾਮ ਕੇ ਨਾਮ। ਜਦੋਂ ਲਿਖਿਆ ਹੀ ਨਹੀਂ ਮਿਟਣਾ ਫਿਰ ਮੈਨੂੰ ਕਹਿੰਦੇ ਇਹ ਰੱਬ ਦਾ ਨਾਂ ਜਪ ਲੈਣ। ਸੋ ਮਹਾਰਾਜ ਕਹਿੰਦੇ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਦਾ, ਸ੍ਰੇਸ਼ਟ ਉਪਾਏ ਆਪੇ ਸਭ ਦੇਖਾ ਹੈ, ਕੋਈ ਨਾ ਮੇਟਾ ਤੇਰੇ ਦੇਖੇ, ਸੰਸਾਰ 'ਚ ਕੋਈ ਨਹੀਂ ਜਿਹੜਾ ਤੇਰਾ ਲੇਖ ਮੇਟ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਫਿਰ ਅਸੀਂ ਕੀ ਕਰੀਏ ਹੁਣ ਕਰਮਾਂ ਦੇ ਬੰਨੇ ਹੋਏ, ਕੋਈ ਰਸਤਾ ਲੱਭਦਾ ਦਿੱਤਾ ਹੁਣ ਹੋ ਗਏ ਬੇਵਸ ਅਤੇ ਕਰਮਾਂ ਨੇ ਸਾਨੂੰ ਤਾਂ ਘੇਰ ਲਿਆ। ਮਹਾਰਾਜ ਕਹਿੰਦੇ ਨਹੀਂ ਪਿਆਰੇ, ਇੰਨਾ ਨਾ ਸਮਝੋ, ਗਾਹਾਂ ਦੀ ਗੱਲ ਸਮਝੋ। ਇਤਿਹਾਸ ਵਿੱਚ ਆਉਂਦਾ ਹੈ ਕਿ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਆਪਦੇ ਪਾਸ ਸੁਕੇਤ ਮੰਡੀ ਦਾ ਰਾਜਾ ਆਉਂਦਾ, ਬੜੀ ਭੇਟਾ ਲੈ ਕੇ ਆਇਆ ਭਾਈ ਕਲਿਆਣਾ ਨਾਲ ਨੇ, ਅਤੇ ਉੱਥੇ ਆ ਕੇ ਮਨ ਵਿੱਚ ਬੜੇ ਖਿਆਲ ਨੇ ਕਿ ਮੈਂ ਭੇਟਾ ਕਰਾਂਗਾ ਮੈਨੂੰ ਇਹ ਚੀਜ਼ਾਂ ਦੀ ਪ੍ਰਾਪਤੀ ਹੋ ਜੂ। ਉੱਥੇ ਜਿਸ ਵਕਤ ਆਇਆ ਤਾਂ ਉੱਥੇ ਪਾਠ ਚੱਲ ਰਿਹਾ ਸੀ, ਦੇਖਣਾ ਮਿੱਟੀ ਇਹ ਸਗੀ ਜੋ ਲਿਖਿਆ ਕਰਤਾ। ਉਸ ਵੇਲੇ ਮਨ ਵਿੱਚ ਸ਼ੰਕਾ ਆ ਗਿਆ ਬਈ ਗੁਰੂਆਂ ਦੇ ਬਚਨ ਨੇ ਇਹ ਦੇਖ ਮਿਲਦਾ ਨਹੀਂ ਹੈ, ਫਿਰ ਮੈਂ ਇੰਨਾ ਧੰਨ ਲਿਆਇਆ ਐਡੀ ਦੂਰੋਂ ਚੱਲ ਕੇ ਆਇਆ ਰਾਤ ਛੱਡ ਕੇ ਇਹਨਾਂ ਦੇ ਦਰਸ਼ਨ ਕਰਨ ਆਇਆ ਵੀ ਇਹਦਾ ਕੋਈ ਫਲ ਹੀ ਨਹੀਂ ਮੈਨੂੰ ਮਿਲਦਾ। ਉਸ ਵੇਲੇ ਮਹਾਰਾਜ ਦੇ ਪਾਸ ਇਹ ਸ਼ੰਕਾ ਕਹਿ ਤਾਂ ਸਕਿਆ ਨਾ, ਲੇਕਿਨ ਅੰਦਰ ਲੈ ਲਿਆ ਮਨ ਦੇ ਅੰਦਰ। ਮਹਾਰਾਜ ਨੇ ਵੀ ਜਾਣ ਲਿਆ ਅਤੇ ਉੱਧਰ ਇਹਨੇ ਤਿਆਰੀ ਕਰ ਲਈ ਵੀ ਵਾਪਸ ਚੱਲੀਏ, ਵੀ ਜਦੋਂ ਕੋਈ ਫਲ ਇਹ ਨਹੀਂ ਹੈ ਡਿੱਗਿਆ ਹੋਇਆ ਹੀ ਭੋਗਣਾ ਹੈ, ਫਿਰ ਇੱਥੇ ਆ ਕੇ ਕੀ ਫਾਇਦਾ ਹੋਇਆ। ਮਹਾਰਾਜ ਨੇ ਸੁਨੇਹਾ ਭੇਜਤਾ ਕਿ ਰਾਜੇ ਨੂੰ ਕਹੋ ਵੀ ਅਜੇ ਨਹੀਂ ਸਾਡੀ ਆਗਿਆ ਜਾਣ ਦੀ, ਚਾਰ ਪੰਜ ਦਿਨ ਠਹਿਰੇ ਫਿਰ ਆਗਿਆ ਦਵਾ। ਰਾਤ ਆ ਗਈ, ਰਾਤ ਨੂੰ ਸੌਂ ਗਿਆ, ਸੁੱਤੇ ਪਏ ਨੂੰ ਸੁਪਨਾ ਆ ਗਿਆ ਕਿ ਦੇਰ ਦਾ ਵੀ ਚੜ੍ਹਾਈ ਕਰ ਗਿਆ ਅਤੇ ਜਾ ਕੇ ਬਹੁਤ ਛੋਟੇ ਘਰ ਦੇ ਵਿੱਚ ਪੈਦਾ ਹੋ ਗਿਆ, ਜੰਡਾਲ ਦੇ ਘਰ 'ਚ ਉੱਥੇ ਵੱਡਾ ਹੋਇਆ, ਵਿਆਹ ਹੋ ਗਿਆ, ਬੱਚੇ ਹੋ ਗਏ, ਪਰਿਵਾਰ ਹੋ ਗਏ, ਇਸੇ ਕੰਮ ਕਰਦਾ ਰਿਹਾ ਅਤੇ ਹੀਰ ਮਰ ਗਿਆ ਪੂਰੀ ਜੂਨ ਧੋ ਕੇ ਦੱਬ ਦਿੱਤਾ। ਦੱਬਦਾ ਵੀ ਦੇਖਦਾ ਵੀ ਇਹ ਥਾਂ ਦੱਬ ਦਿੱਤਾ ਮੈਨੂੰ। ਉਹਦੇ ਬਾਅਦ ਜਦੋਂ ਸਾਰੀ ਕਿਰਿਆ ਹੋ ਰਹੀ ਇੱਕਦਮ ਅੱਖ ਖੁੱਲ ਗਈ, ਡਰ ਗਿਆ, ਦਿਨ ਤੱਕ ਤੱਕ ਕਰ ਗਿਆ, ਸੁਪਨਾ ਆਏ ਆ ਜਿਵੇਂ ਸਾਹਮਣੇ ਬੋਲਦਾ ਨਹੀਂ ਹੈ, ਸਾਰਾ ਕੁਛ ਐਂ ਦੇਖਦਾ ਵੀ ਜਿਵੇਂ ਮੈਂ ਜੀਵਨ ਕੱਟਿਆ ਹੁੰਦਾ ਇਹਨੂੰ ਸੁਪਨਾ ਆਇਆ, ਇਹਦੇ 'ਚ ਤਾਂ ਕੋਈ ਬਣਾਵਟ ਹੈ। ਉਦਾਸ ਚਿੱਤ ਹੋ ਗਿਆ, ਅੰਮ੍ਰਿਤ ਵੇਲੇ ਗੁਰੂ ਮਹਾਰਾਜ ਨੇ ਬੁਲਾਇਆ, ਕਹਿੰਦੇ ਰਾਜਾ ਅੱਜ ਬੜਾ ਉਦਾਸ ਹੈ, ਚੱਲ ਤੈਨੂੰ ਸੈਰ ਕਰਾ ਲਓ, ਘੋੜੇ ਤਿਆਰ ਕਰ ਲਓ, ਅਸੀਂ ਵੀ ਆਉਂਦੇ ਹਾਂ ਅਤੇ ਆਪ ਦੋ
ਕੀ ਹਾਲ ਨਿਕਲਿਆ ਮਹਾਰਾਜ? ਕਹਿੰਦੇ ਇਹਦੇ ਪਿੱਛੇ ਘੋੜਾ ਲਾ, ਘੋੜਾ ਲਾਇਆ ਤੇ ਜੰਗਲ ਬਦਲ ਦਿੱਤਾ, ਰਸਤੇ ਬਦਲ ਗਏ। ਅੱਗੇ ਕੀ ਦੇਖਦਾ ਕਿ ਇੱਕ ਪਿੰਡ ਆ ਗਿਆ, ਉਹ ਪਿੰਡ ਨੂੰ ਦੇਖਦੀ ਸਾਰ ਪਛਾਣ ਗਿਆ ਵੀ ਇੱਥੇ ਤਾਂ ਮੈਂ 40 ਸਾਲ ਕੱਟੇ, ਉੱਥੇ ਲੜਕਾ ਇਹਦਾ ਫਿਰਦਾ, ਉਹਨੇ ਵੀ ਦੇਖ ਲਿਆ ਵੀ ਆਹ ਤਾਂ ਬਾਪੂ ਘੋੜਾ ਲੈ ਕੇ ਆ ਗਿਆ, ਦੌੜਿਆ ਦੌੜਿਆ ਗਿਆ, ਕਹਿੰਦਾ ਬਾਪੂ ਆ ਗਿਆ, ਉਹ ਮਰਿਆ ਨਹੀਂ ਹੈ, ਕਬਰ ਚੋਂ ਨਿਕਲ ਗਿਆ। ਕਹਿੰਦਾ ਘੋੜਾ ਲਈ ਫਿਰਦਾ, ਕਰਨੀ ਲਾਈ ਹੋਈ ਆ, ਰਾਜਾ ਬਣਿਆ ਹੋਇਆ। ਉਹ 5-10 ਬੰਦੇ ਆ ਗਏ, ਘਰ ਵਾਲੀ ਦੀ ਆ ਗਈ, ਕਹਿਣ ਲੱਗੀ ਆ ਕੀ ਕਰਨਾ, ਐਡਾ ਧੋਖਾ, ਐਡਾ ਡਰਾਮਾ ਕਰਿਆ, ਹੁਣ ਰਾਜਾ ਕੋਈ ਫੜ ਲੂ, ਤੂੰ ਘੋੜਾ ਚੱਕੀ ਲਈ ਫਿਰਦਾ। ਉਹ ਕਹਿੰਦਾ ਮੈਂ ਨਹੀਂ ਹਾਂ, ਮੈਂ ਤਾਂ ਰਾਜਾ। ਦੂਜੇ ਪਾਸੇ ਦੇਖਦਾ ਵੀ ਇਹਦੇ ਨਾਲ ਮੈਂ 40 ਸਾਲ ਕੱਟੇ ਨੇ, ਇਹ ਮੇਰੇ ਘਰ ਵਾਲੀ ਹੋਈ ਹੈ, ਆਹ ਬੱਚੇ ਵੀ ਮੇਰੇ ਨੇ, ਇਹ ਲੋਕ ਵੀ ਇਹਨਾਂ ਨਾਲ ਮੈਂ ਕੰਮ ਕਰਦਾ ਰਿਹਾ। ਹਰਾਮ ਹੋਈ ਜਾਂਦਾ, ਨਾ ਵੀ ਕਰਦਾ ਤੇ ਨਾਲ ਕਹਿੰਦਾ ਵੀ ਹੈ ਤਾਂ ਗੱਲ ਸੱਚੀ ਹੈ, ਹੋਇਆ ਮਾਮਲਾ ਕੀ ਹੈ। ਬਹੁਤ ਪਰੇਸ਼ਾਨ ਹੋ ਗਿਆ, ਘੇਰਿਆ ਹੋਇਆ ਲੋਕਾਂ ਨੇ। ਇਹਨੇ ਨੂੰ ਗੁਰੂ ਮਹਾਰਾਜ ਆ ਗਏ, ਆ ਕੇ ਕਹਿਣ ਲੱਗੇ ਕੀ ਗੱਲ ਭਾਈ, ਤੁਸੀਂ ਇਹ ਸਕੇਤ ਮੰਡੀ ਦਾ ਰਾਜਾ ਹੈ, ਇਹਨੂੰ ਕਿਉਂ ਘੇਰੀ ਬੈਠੇ, ਇਹਦੀ ਵੀ ਜਾਨ ਚ ਜਾਨ ਹੈ। ਕਹਿਣ ਲੱਗੇ ਮਹਾਰਾਜ ਇਹ ਸਕੇਤ ਮੰਡੀ ਦਾ ਨਹੀਂ, ਇਹ ਤਾਂ ਬੀਬੀ ਕਹਿਣ ਲੱਗੀ ਮੇਰੇ ਘਰ ਇਹ ਮਰ ਗਿਆ ਸੀ, ਅੱਗੇ ਟੱਪਿਆ ਸੀ, ਇਹ ਕਬਰ ਹੈ, ਕਬਰ ਚੋਂ ਕਿਵੇਂ ਨਿਕਲ ਗਿਆ? ਮਹਾਰਾਜ ਕਹਿੰਦੇ ਦੇਖੋ, ਕਈ ਵਾਰੀ ਐਸਾ ਹੁੰਦਾ ਕਿ ਸ਼ਕਲ ਦੇ 2 ਬੰਦੇ ਹੁੰਦੇ, ਤੁਹਾਡਾ ਜਿੱਥੇ ਮੁਰਦਾ ਦੱਬਿਆ ਉਹ ਦੱਸੋ, ਉੱਥੇ ਚਲੇ ਗਏ ਜਾ ਕੇ, ਜਦ ਪਟਿਆ ਉਹ ਵੀ ਨਿਕਲੇ ਆਇਆ, 2-1 ਵਜੇ ਕਹਿੰਦੇ ਹੁਣ ਦੱਸੋ, ਦੱਸਣਾ ਕੀ ਸੀ? ਕਹਿੰਦੇ ਮਹਾਰਾਜ ਫਿਰ ਸਾਡੀ ਭੁੱਲ ਮਾਫ ਕਰੋ, ਵਾਪਸ ਆ ਜਾਂਦੇ ਨੇ। ਰਾਜਾ ਹੈਰਾਨ ਹੋਇਆ ਫਿਰਦਾ ਵੀ ਇਹ ਗੱਲ ਕੀ ਹੋਈ। ਅੱਗੇ ਮਹਾਰਾਜ ਇਤਫਾਕ ਕੇ ਬੈਠ ਕੇ ਕਹਿੰਦੇ ਰਾਜੇ ਮੈਂ ਹੈਰਾਨ ਕਿਉਂ ਹੈ? ਕਹਿਣ ਲੱਗਿਆ ਮਹਾਰਾਜ ਉਹ ਤਾਂ ਮੈਂ ਹੀ ਸੀਗਾ, ਆਤਮਾ ਸੁਣਦੇ ਜੀ ਦੇਖਿਆ। ਮਹਾਰਾਜ ਕਹਿੰਦੇ ਮੇਰੇ ਮਨ 'ਚ ਸ਼ੱਕ ਆ ਕੀ ਆਇਆ ਸੀ ਜਦ ਤੈਂ ਮੱਥਾ ਟੇਕਿਆ? ਕਹਿੰਦਾ ਸੱਚੇ ਪਾਤਸ਼ਾਹ ਉਸ ਵੇਲੇ ਪੜ੍ਹਿਆ ਜਾ ਰਿਹਾ ਸੀ, ਦੇਖਣਾ ਵੀ ਧੀ ਇਹ ਸਕੀ ਜੋ ਲਿਖਿਆ ਕਰਤਾ, ਅਤੇ ਮੈਂ ਕਿਹਾ ਵੀ ਜੇ ਲੈ ਕੇ ਨਹੀਂ ਵੱਟਦਾ ਫਿਰ ਗੁਰੂ ਦੀ ਸੇਵਾ ਦਾ ਕੀ ਫਾਇਦਾ? ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿ ਰਾਜਾ ਇਹ ਗੱਲ ਬਿਲਕੁਲ ਠੀਕ ਹੈ ਜਿੱਥੇ ਤੱਕ ਇਹ ਗੱਲ ਚੱਲਦੀ ਹੈ, ਪਰ ਅਗਲੀ ਗੱਲ ਦਾ ਨਹੀਂ ਤੈਨੂੰ ਪਤਾ, ਵੀ ਲੇਖ ਮਿਟ ਵੀ ਜਾਂਦੇ ਨੇ। ਮਹਾਰਾਜ ਨੇ ਹੁਕਮ ਚਲਾਏ ਆਪਣੇ ਕਰਮੀ ਬਹਿ ਕਲਾਮ, ਨਾਨਕ ਸੱਚਾ ਸੱਚ ਨਾਏ ਸੱਚ ਸਵਾ ਦੀਵਾ, ਸਭ ਕੁਛ ਹੁਕਮੇ ਆਉਂਦਾ ਸਭ ਕੁਛ ਹੁਕਮੇ ਜਾਏ, ਦੇਖੋ ਮੂਰਖ ਆਪੋ ਜਾਣਾ ਆਂਦਾ ਆਨੰਦ ਕਮਾਏ, ਉਹ ਤਾਂ ਰਿਹਾ ਹੁਕਮ ਦੇ ਨਾਲ ਸਭ ਕੁਛ। ਹੁਕਮ ਵੀ ਤੇਰਾ ਬਣਾਇਆ ਸੀ ਜਿਹਨੇ ਕੋਲ ਦਰਸ਼ਨ ਕਰੇ, ਲੇਕਿਨ ਹੁਕਮ ਮੰਨਦਾ ਨਹੀਂ, ਸਿਰਫ ਵਾਹਿਗੁਰੂ ਦੀ ਦਇਆ ਹੋਵੇ ਉਹ ਹੁਕਮ ਮੰਨਦਾ, ਦੁਆ ਨਹੀਂ ਮੰਨਦਾ। ਦੁਆ ਕਿੰਤੂ ਕਰੀ ਜਾਏਗਾ, ਕੁਛ ਨਾ ਕੁਛ ਉਹਦੇ ਮਨ ਦੇ ਅੰਦਰ ਵਾਸਤਕਤਾ ਦੇ ਖਿਆਲ ਚੱਲਦੇ ਰਹੇ। ਹੁਕਮ ਸਿਰਫ ਉਹ ਮੰਨਦਾ ਜਿਹਨੂੰ ਮਨਾਉਂਦਾ, ਦੁਆ ਨਹੀਂ ਮੰਨ ਸਕਿਆ ਕਰਦਾ। ਗੁਰੂ 5ਵੇਂ ਪਾਤਸ਼ਾਹ ਦੇ ਪਾਸ ਇੱਕ ਗੁਰਸਿੱਖ ਆਇਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਹੁਕਮ ਦੀ ਗੱਲ ਚੱਲਦੀ ਹੈ, ਬਈ ਕਿਸੇ ਗੁਰਸਿੱਖ ਦੇ ਦਰਸ਼ਨ ਕਰਾਓ ਜਿਹੜਾ ਹੁਕਮ ਨੂੰ ਖਿੜੇ ਮੱਥੇ ਮੰਨ। ਮਹਾਰਾਜ ਕਹਿੰਦੇ ਤਾਂ ਐਂ ਕਰ, ਗੁਜਰਾਤ ਚਲਿਆ ਗਿਆ, ਉੱਥੇ ਭਾਈ ਬੁਖਾਰੀ ਨਾਮ ਦਾ ਗੁਰਸਿੱਖ ਹੈ, ਪੂਰਨ ਪਹੁੰਚਿਆ ਹੋਇਆ ਗੁਰਸਿੱਖ, ਦੱਸ ਦਿੱਤਾ ਅਤੇ ਉੱਥੇ ਪਹੁੰਚਿਆ ਆ ਕੇ ਕੀ ਦੇਖਦਾ, ਬੜਾ ਵੱਡਾ ਘਰ ਹੈ ਅਤੇ ਬਹੁਤ ਸਜਿਆ ਹੋਇਆ, ਕਈ ਕਬੈਠੇ ਦੇ ਵਿੱਚ ਭਾਈ ਬੁਖਾਰੀ ਬੈਠੇ ਨੇ। ਜਦ ਇਹ ਅੰਦਰ ਗਿਆ ਦੱਸਿਆ ਮੈਂ ਗੁਰੂ ਮਹਾਰਾਜ ਤੋਂ ਆਇਆ, ਬੜਾ ਸਤਿਕਾਰ ਕਰਿਆ ਉਹਨਾਂ ਨੇ, ਕੰਮ ਕਰਦਾ ਰਿਹਾ, ਵਚਨ ਕਰਦਾ ਰਿਹਾ। ਕੰਮ ਕੀ ਕਰਦਾ? ਇੱਕ ਤੱਪੜ ਸਿਉਂਦਿਆ, ਇਹਦੀ ਨਿਗਾਹ ਗਈ ਆਥੀ 'ਤੇ, ਇੱਕ ਆਥੀ ਪਈ ਹੈ, ਹੋਰ ਮਿਰਚਕ ਦਾ ਸਮਾਨ ਪਿਆ। ਇਹ ਕਹਿਣ ਲੱਗਿਆ ਵੀ ਆਹ ਕਿਉਂ ਪਿਆ ਇੱਥੇ? ਕਹਿੰਦੇ ਸਮਾਂ ਆਏਗਾ ਤੈਨੂੰ ਦੱਸਾਂਗੇ ਅਸੀਂ ਕਿਉਂ ਪਿਆ। ਉਠਾ ਕੇ ਅੰਦਰ ਲੈ ਗਏ, ਉੱਥੇ ਮਠਿਆਈ ਦੇ ਲੜਾਏ ਚੜੇ ਹੋਏ ਨੇ, ਮਠਿਆਈਆਂ ਬਣ ਰਹੀਆਂ ਨੇ। ਅੱਗੇ ਗਏ ਤਾਂ ਦਰਜੀ ਕੱਪੜੇ ਸਿਉਂ ਰਹੇ ਨੇ, ਉਸਦੇ ਅੱਗੇ ਗਏ ਤਾਂ ਹੋਰ ਤਿਆਰੀਆਂ ਹੋ ਰਹੀਆਂ ਨੇ ਵਿਆਹ ਸ਼ਾਦੀ ਦੀਆਂ। ਦੂਸਰੇ ਦਿਨ ਬਰਾਤ ਚੜ੍ਹੀ ਅਤੇ ਚਲੇ ਗਏ, ਅਤੇ ਆ ਕੇ ਜਿਸ ਵਕਤ ਵਾਪਸ ਆਏ, ਘਰ ਵਿੱਚ ਆਉਣਾ ਨਹੀਂ ਮਿਲਿਆ ਅਤੇ ਲੜਕਾ ਐਸਾ ਦਰਦ ਹੋਇਆ ਅਤੇ ਲੜਕਾ ਚੜ੍ਹਾਈ ਕਰ ਗਿਆ। ਬੜਾ ਪ੍ਰਭਾਵ ਮੱਚ ਗਿਆ, ਸਾਰੇ ਰਿਸ਼ਤੇਦਾਰ ਆਏ ਹੋਏ ਸੀ। ਭਾਈ ਭਿਖਾਰੀ ਨੇ ਕਿਹਾ ਵੀ ਤੱਪੜ ਚੱਕ ਲਿਆ, ਉਹਦਾ ਕੰਢਿਆ ਸੀ ਉਹ ਲਿਆ। ਸਾਰੇ ਬੈਠ ਗਏ ਅਤੇ ਨਾਲ ਉਸੇ ਵੇਲੇ ਆਥੀ ਵਗੈਰਾ ਚੁੱਕ ਕੇ ਕਹਿੰਦੇ ਦਿਨ ਛੋਟਾ ਹੈ, ਚਲੋ ਸੰਸਕਾਰ ਕਰੋ। ਸੰਸਕਾਰ ਕਰਿਆ ਅਤੇ ਜਦੋਂ ਵਾਪਸ ਆ ਗਏ, ਉਸ ਵੇਲੇ ਪੁੱਛਣ ਲੱਗਿਆ, ਕਹਿਣ ਲੱਗਿਆ ਭਾਈ ਗੁਰਮੁਖ
ਸੀਏ ਦਾ ਨਾਂ ਕਹਿਣ ਲੱਗਿਆ ਭਾਈ ਬਿਖਾਰੀ ਆਹ ਬਣਾ ਲੈਣਾ ਆਰਤੀ ਦਾ ਅਤੇ ਆਹ ਤੱਪੜ ਸਿਆਉਣਾ ਅਤੇ ਆਹ ਮ੍ਰਿਤਕ ਦਾ ਸਮਾਨ ਰੱਖਣਾ ਮੈਨੂੰ ਐਂ ਲੱਗਦਾ ਪਤਾ ਵੀ ਤੈਨੂੰ ਪਹਿਲਾਂ ਹੀ ਪਤਾ ਸੀ ਵੀ ਐਂ ਹੋਣ ਵਾਲਾ ਪਤਾ ਸੀ ਕਹਿੰਦਾ ਹਾਂ ਗੁਰੂ ਦੇ ਭਜਨ ਦੇ ਅੰਦਰ ਕਹਿੰਦੇ ਬਰਕਤਾਂ ਨੇ ਜਿਹੜਾ ਕੁਛ ਸੈਂਕੜੇ ਸਾਲਾਂ ਨੂੰ ਆਉਣਾ ਉਹ ਵੀ ਗੁਰਸਿੱਖ ਨੂੰ ਪਤਾ ਲੱਗ ਜਾਇਆ ਕਹਿੰਦਾ ਵੀ ਐਂ ਹੋ ਗਿਆ ਸੌ ਸਾਲ ਨੂੰ ਗੱਲ ਕਹਿੰਦੇ ਜੇ ਤੈਨੂੰ ਇੰਨਾ ਪਤਾ ਸੀ ਤਾਂ ਗੁਰੂ ਸਾਹਿਬ ਤੋਂ ਤੂੰ ਇਹਦੀ ਉਮਰ ਮੰਗ ਲੈਣੀ ਸੀ ਕਹਿੰਦੇ ਫੇਰ ਇਹਨੇ ਕਿਹੜਾ ਚਾਹੁੰਦਾ ਰਹਿਣਾ ਸੀ ਗੁਰੂ ਸਾਹਿਬ ਤੋਂ ਜੇ ਮੰਗਣਾ ਹੈ ਤਾਂ ਉਹਦਾ ਪਰਮੇਸ਼ਰ ਦਾ ਨਾਮ ਮੰਗੋ ਜਿਹੜਾ ਸਦਾ ਸਥਿਰ ਰਹਿਣਾ ਜਿਹੜਾ ਨਾਲ ਜਾਣਾ ਜਿੱਥੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਜੈ ਮਾਤ ਪਿਤਾ ਸੁਖ ਮੀਤ ਨਾ ਭਾਈ ਮਾਨੂਆ ਨਾਮ ਤੇਰੇ ਸੰਗ ਸਾਰੇ ਬਿਨ ਦੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਕਹਿੰਦੇ ਭਾਈ ਗੁਰੂ ਜੀ ਗੁਰੂ ਤੋਂ ਤਾਂ ਨਾਮ ਮੰਗੀ ਲੈ ਪਿਆਰ ਮੰਗੀ ਲੈ ਇਹ ਤਾਂ ਨਾਸ਼ਵੰਤ ਦੁਨੀਆ ਆਪਣੇ ਕਰਮਾਂ ਦੀ ਬੰਨੀ ਹੋਈ ਆਉਂਦੀ ਹੈ ਚਲੀ ਜਾਂਦੀ ਹੈ ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਕਹਿਣ ਲੱਗਿਆ ਫਿਰ ਵਿਆਹ ਕਿਉਂ ਕਰਨਾ ਸੀ ਉਹ ਲੜਕੀ ਦਾ ਜੀਵਨ ਕਿੰਨਾ ਤੁਸੀਂ ਖਰਾਬ ਕਰ ਦਿੱਤਾ ਕਹਿੰਦੇ ਅਸੀਂ ਕੁਛ ਨਹੀਂ ਕਰਿਆ ਇਹ ਤਾਂ ਲੜਕੀ ਨੂੰ ਪੁੱਛ ਲਿਆ ਉਹ ਵੀ ਇਹੀ ਚਾਹੁੰਦੀ ਸੀ ਲੜਕੀ ਕੋਲ ਚਲਿਆ ਗਿਆ ਜਾ ਕੇ ਕਿਹਾ ਬੇਟਾ ਬੜਾ ਅਫਸੋਸ ਹੈ ਤੇਰੇ ਨਾਲ ਬਹੁਤ ਬੁਰਾ ਹੋਇਆ ਸਾਰੀ ਜ਼ਿੰਦਗੀ ਤੂੰ ਵਿਧਵਾ ਰਹੇਗੀ ਕਹਿੰਦੀ ਪਿਤਾ ਜੀ ਐਂ ਨਾ ਬੋਲੋ ਮੈਂ ਇੰਨਾ ਹੀ ਪੁਰਨਾ ਕਰਿਆ ਹੋਇਆ ਸੀ ਵੀ ਮੇਰਾ ਇਹਦੇ ਨਾਲ ਵਿਆਹ ਹੋਵੇ ਕਹਿਣ ਲੱਗੇ ਕੋਈ ਭੇਤ ਦੀ ਗੱਲ ਹੈ ਕਹਿੰਦੀ ਹਾਂ ਮੈਨੂੰ ਵੀ ਦੱਸ ਕਹਿਣ ਲੱਗੀ ਮੈਂ ਪਿਛਲੇ ਜਨਮ ਦੇ ਅੰਦਰ ਰਾਜੇ ਦੀ ਲੜਕੀ ਸੀ ਅਤੇ ਮੈਂ ਬਚਪਨ ਤੋਂ ਹੀ ਸਾਧਨਾ ਕਰਨ ਲੱਗ ਭਜਨ ਕਰਨ ਲੱਗ ਮੇਰਾ ਤਪ ਤੇਜ ਇੰਨਾ ਵੱਧ ਗਿਆ ਕਿ ਕੋਈ ਮੇਰੇ ਨੇਤਰਾਂ ਵੱਲ ਨਹੀਂ ਸੀ ਦੇਖ ਸਕਦਾ ਅਤੇ ਜਦੋਂ ਮੇਰੇ ਮਾਂ ਬਾਪ ਨੇ ਕਿਹਾ ਵੀ ਤੂੰ ਸ਼ਾਦੀ ਕਰਾ ਮੈਂ ਬੜਾ ਜਵਾਬ ਦਿੱਤਾ ਅਤੇ ਫਿਰ ਮੇਰੇ ਪਿਤਾ ਕਹਿਣ ਲੱਗੇ ਵੀ ਦੇਖ ਅਸੀਂ ਸਦਾ ਨਹੀਂ ਰਹਿਣਾ ਸੰਸਾਰ 'ਤੇ ਅਤੇ ਵਿਆਹ ਤੋਂ ਬਗੈਰ ਤੂੰ ਕੀ ਕਰੇਂਗੀ ਤੇਰੀ ਗਤੀ ਨਹੀਂ ਹੋਣੀ ਤੂੰ ਸ਼ਾਦੀ ਕਰਾ ਸਾਡਾ ਕਹਿਣਾ ਬਸ ਕਹਿੰਦੀ ਮੈਂ ਕਿਹਾ ਵੀ ਜੇ ਕਰਾਉਣੀ ਹੈ ਵਿਆਹ ਮੇਰਾ ਕਰਨਾ ਹੀ ਹੈ ਤਾਂ ਮੈਂ ਐਸੇ ਬੰਦੇ ਨਾਲ ਕਰਨਾ ਜਿਹਦੇ ਸਾਹਮਣੇ ਮੇਰੇ ਨੇ ਤਾਂ ਥੱਲੇ ਗਿਰ ਜਾਣ ਸੋਬਰ ਰਚਿਆ ਗਿਆ ਅਤੇ ਉਹਦੇ ਰਾਜਕੁਮਾਰ ਬੇਅੰਤ ਇੱਕ ਬਣਾ ਰਿਹਾ ਸਾਰਿਆਂ ਦੇ ਨੇਤਰ ਲੈ ਗਏ ਮੈਨੂੰ ਦੇਖ ਕੇ ਜੈਮਾਲਾ ਮੇਰੇ ਹੱਥ ਵਿੱਚ ਰਹਿ ਗਈ ਤੀਰਥ ਯਾਤਰਾ ਸ਼ੁਰੂ ਕਰਤੀ ਇੱਕ ਤੀਰਥ ਦੇ ਉੱਤੇ 22 ਸਾਲ ਦਾ ਨੌਜਵਾਨ ਬ੍ਰਾਹਮਣ ਅਤੇ ਬ੍ਰਹਮਚਾਰੀ ਜਿਹੜਾ ਸੀਗਾ ਉਹਦੇ ਕੋਲ ਅਸੀਂ ਚਲੇ ਗਏ ਉਹਦੇ ਜਦ ਦੇਖਿਆ ਮੈਂ ਤਪ ਤੇਜ ਅਤੇ ਉਹ ਮੇਰੇ ਵੱਲ ਨੇਤਰ ਗਿਰੇ ਮੈਂ ਇੱਕਦਮ ਥੱਲੇ ਮੇਰੇ ਨੇਤਰ ਗਿਰ ਗਏ ਮੈਂ ਤਾਪ ਨਾ ਲਿਆ ਸਕੀ ਉਹਦੀ ਦ੍ਰਿਸ਼ਟੀ ਮਾਂ ਬਾਪ ਨੇ ਸਮਝ ਲਿਆ ਅਤੇ ਉਹਨੂੰ ਬੇਨਤੀ ਕਰੀ ਉਹ ਕਹਿੰਦਾ ਮੈਂ ਤਾਂ ਸਾਰੀ ਜ਼ਿੰਦਗੀ ਬੰਦ ਕਰਿਆ ਹੋਇਆ ਬ੍ਰਹਮਚਾਰੀ ਲੈਣ ਦਾ ਮੈਂ ਨਹੀਂ ਵਿਆਹ ਕਰਾਂ ਅਖੀਰ ਕਹਿੰਦੀ ਮੈਂ ਕਿਹਾ ਪਿਤਾ ਜੀ ਮੈਨੂੰ ਇੱਥੇ ਛੱਡ ਦਿਓ ਮੈਂ ਆਪੇ ਬੰਦੋਬਸਤ ਕਰੂੰ ਮੈਂ ਇਹਦੀ ਸੇਵਾ ਵੀ ਕਰਦੀ ਰਹੀ ਅਤੇ ਨਾਲ ਮੈਂ ਤਪ ਵੀ ਕਰਦੀ ਰਹੀ ਥੋੜ੍ਹੀ ਦੂਰ 'ਤੇ ਰਹਿੰਦੀ ਸੀ ਅਖੀਰ ਇੱਕ ਦਿਨ ਕਹਿਣ ਲੱਗਿਆ ਵੀ ਤੂੰ ਕੀ ਚਾਹੁੰਦੀ ਹੈ ਕਹਿੰਦੀ ਮੈਂ ਕਿਹਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਕਹਿੰਦਾ ਫਿਰ ਸਿਰਫ ਵਿਆਹ ਹੋਏਗਾ ਸੰਬੰਧ ਕੋਈ ਨਹੀਂ ਕਹਿੰਦੀ ਹਾਂ ਮੈਨੂੰ ਬਸ ਇੰਨਾ ਚਾਹੀਦਾ ਕਹਿੰਦੇ ਫਿਰ ਮੇਰੇ 'ਚ ਵੀ ਸ਼ਕਤੀ ਸੀ ਮੈਂ ਵੀ ਸਰੀਰ ਛੱਡਦਾ ਇਹਨੇ ਵੀ ਛੱਡਦਾ ਅਤੇ ਇਹਨਾਂ ਦਾ ਲੜਕਾ ਬਣਿਆ ਅਤੇ ਮੈਂ ਇੱਥੇ ਆ ਗਈ ਅਤੇ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਜਦ ਮੇਰੀਆਂ ਲਾਵਾਂ ਹੋ ਜਾਣੀਆਂ ਉਹਨੇ ਨਹੀਂ ਰਹਿਣਾ ਉਹਨੇ ਜਲੀ 'ਚ ਰਹਿਣਾ ਸੋ ਮੈਨੂੰ ਖੁਸ਼ੀ ਹੈ ਕਿ ਇਹਦੇ ਕੋਲ ਮਹਾਂਪੁਰਖ ਅਮਰ ਹਸਤੀ ਦੇ ਨਾਲ ਮੇਰੀ ਸ਼ਾਦੀ ਹੋ ਗਈ ਹੈ ਅਤੇ ਮੇਰਾ ਉਹ ਪਤੀ ਹੈ ਅਤੇ ਮੈਂ ਗੁੱਸਾ ਕਰ ਮੈਂ ਅਫਸੋਸ 'ਚ ਕਿਉਂ ਆਵਾਂ ਹੈਰਾਨ ਹੋ ਗਿਆ ਗੁਰੂ ਮਹਾਰਾਜ ਕੋਲ ਆ ਗਿਆ ਕਹਿੰਦਾ ਸੱਚੇ ਪਾਤਸ਼ਾਹ ਉੱਪਰ ਤਾਂ ਉੱਪਰ ਮੈਂ ਫਿਰੇ ਸੀ ਪਰ ਇਹ ਕਿਵੇਂ ਹੈ ਕਿਸ ਤਰ੍ਹਾਂ ਦੇ ਨਾਲ ਇਹ ਗੱਲ ਹੈ ਵੀ ਅਸੀਂ ਕਹਿੰਦੇ ਹਾਂ ਵੀ ਸਾਡੇ ਕਰਮ ਬਦਲ ਜਾਣ ਅਤੇ ਕਰਮ ਨਹੀਂ ਬਦਲਦੇ ਇੱਧਰ ਗੁਰੂ ਮਹਾਰਾਜ ਨੇ ਉਹਦੇ ਕਰਮ ਬਦਲਾ ਕੇ ਮਹਾਰਾਜ ਕਹਿਣ ਲੱਗੇ ਰਾਜਨ ਇਹ ਗੱਲ ਸਮਝਣ ਵਾਲੀ ਹੈ ਕਰਮ ਤਾਂ ਲਿਖ ਦਿੱਤੇ ਪਰਮੇਸ਼ਰ ਨੇ ਪਰ ਇਹਦੀ ਵੀਟੋ ਪਾਵਰ ਪਰਮੇਸ਼ਰ ਨੇ ਨਾਲ ਹੀ ਦੇ ਦਿੱਤੀ ਹੈ ਉਹ ਹੈ ਗੁਰੂ ਦੇ ਕੋਲ ਕਿਉਂਕਿ ਗੁਰੂ ਕਿਉਂ ਬਦਲਦਾ ਗੁਰੂ ਅਤੇ ਪਰਮੇਸ਼ਰ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ
ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਏ। ਗੁਰੂ ਜੋ ਹੈ ਗੁਰ ਪਰਮੇਸ਼ੁਰ ਇੱਕੋ ਜਾਣ, ਗੁਰੂ ਅਤੇ ਪਰਮੇਸ਼ੁਰ ਵਿੱਚ ਕੋਈ ਫਰਕ ਨਹੀਂ ਹੋਇਆ ਸਕਦਾ ਕਰਦਾ। ਪਰਮੇਸ਼ੁਰ ਐਸਾ ਨਹੀਂ ਹੈ ਬਈ ਇੰਨਾ ਸਾਗਰ ਦਿਲ ਹੈ ਵੀ ਉਹ ਕਿਸੇ ਦਾ ਬੇਨਤੀ ਮੰਨੇ। ਉਹ ਬਾਣੀ ਨੂੰ ਬਦਲ ਦਿੰਦੇ ਨੇ, ਹੁਕਮ ਨੂੰ ਬਦਲ ਦਿੰਦੇ ਆ। ਗੁਰੂ ਮਹਾਰਾਜ ਕਹਿਣ ਲੱਗੇ, ਰਾਜਨ ਇਹ ਤੈਂ ਜਨਮ ਵਸ਼ ਭੋਗਣਾ ਸੀ, ਪਰ ਤੂੰ ਸੰਗਤ ਵਿੱਚ ਆ ਗਿਆ। ਸੰਗਤ ਦੇ ਦਰਸ਼ਨ ਕਰੇ, ਗੁਰੂ ਦੇ ਦਰਸ਼ਨ ਕਰੇ, ਉਹਦਾ ਫਲ ਇਹ ਹੋਇਆ ਕਿ ਤੇਰਾ ਇਹ ਜਿਹੜਾ ਕਰਮ ਸੀ 40 ਸਾਲ ਦਾ, ਇਹ ਤੈਨੂੰ ਸੁਪਨੇ ਦੇ ਵਿੱਚ ਪੁਗਾ ਦਿੱਤਾ ਗਿਆ। ਭੋਗਣਾ ਤਾਂ ਸੀ, ਭੋਗੇ ਬਿਨਾ ਤਾਂ ਨਹੀਂ ਸੀ ਇਹਨੇ ਜਾਣਾ, ਪਰ ਸੁਪਨੇ 'ਚ ਹੋ ਗਿਆ। ਦੂਸਰਾ ਇਹ ਹੈ ਕਿ ਪਰਮੇਸ਼ੁਰ ਦੇ ਜਿਹੜੇ ਪਿਆਰੇ ਨੇ ਪਰਿਵਾਰ ਨੇ ਵਾਹਿਗੁਰੂ ਦੇ ਦੱਸੇ, ਉਹਨਾਂ ਦੇ ਬਾਰੇ ਵੀ ਵਾਹਿਗੁਰੂ ਇਸ ਤਰ੍ਹਾਂ ਨਾਲ ਪਰਿਵਾਰ ਕਰਦੇ ਨੇ। ਮੇਰੀ ਬੰਨੀ ਹੋਈ ਪਗਤ ਛਡਾਉਂਦੇ ਨੇ ਪਰ ਕਰੋ। ਕਹਿੰਦੇ ਰਾਜਨ
ਪਰਮੇਸ਼ਰ ਦੀ ਸਿੱਟੀ ਹੋਈ ਨੂੰ ਭਗਤ ਚੁੱਕ ਲਿਆ ਕਰਦੇ ਨੇ, ਪਰ ਭਗਤਾਂ ਦੀ ਸਿੱਟੀ ਹੋਈ ਨੂੰ ਰੱਬ ਨਹੀਂ ਚੁੱਕ ਸਕਦਾ। ਕਹਿੰਦੇ ਕਿਵੇਂ? ਕਹਿਣ ਲੱਗੇ ਦੇਖ ਅੱਗ ਜਲਦੀ ਹੈ, ਕੋਲਾ ਕੱਢ ਕੇ ਸਕਿੰਟ ਦੋ ਸਕਿੰਟ ਹੱਥ ਦੇ ਉੱਤੇ ਅਸੀਂ ਰੱਖ ਸਕਦੇ, ਹੱਥ ਜਲਦਾ ਨਹੀਂ ਹੈ, ਘੁਮਾ ਦਿੰਦੇ। ਪਰ ਜਿਹੜਾ ਲੋਹਾ ਅੱਗ ਦੇ ਨਾਲ ਰੱਖ ਕੇ ਅੱਗ ਦਾ ਰੂਪ ਬਣਿਆ ਹੋਇਆ ਉਹਨੂੰ ਹੱਥ ਲਾ ਕੇ ਦੇਖ ਲਾ, ਉਸੇ ਵੇਲੇ ਬਚ ਜੂਗਾ। ਕਹਿੰਦੇ ਫਕੀਰ ਪਰਮੇਸ਼ਰ ਦੇ ਨਾਮ ਦੇ ਨਾਲ ਉਹਦੇ ਰੰਗ ਦੇ ਵਿੱਚ ਲਾਲ ਹੋਏ ਹੁੰਦੇ ਨੇ। ਫਕੀਰ ਦਾ ਕਿਹਾ ਹੋਇਆ ਨਹੀਂ ਮੁੜਿਆ ਕਰਦਾ, ਰੱਬ ਦੀ ਕੀਤੀ ਹੋਈ ਨੂੰ ਜਿਹੜੇ ਫਕੀਰ ਨੇ ਉਹ ਲੈ ਲਿਆ ਕਰਦਾ। ਗੁਰੂ ਤੀਸਰੇ ਪਾਤਸ਼ਾਹ ਦੇ ਸਮੇਂ ਬ੍ਰਾਹਮਣੀ ਦਾ ਪੁੱਤਰ ਮਰ ਗਿਆ। ਮਹਾਰਾਜ ਨੇ ਕਿਹਾ ਵੀ ਰੋਵੇ ਨਾ, ਉਹਨੂੰ ਕਹੋ ਸਵੇਰੇ ਲਿਆਵੇ। ਸਵੇਰੇ ਲਿਆਂਦਾ ਜਿਉਂਦਾ ਕਰਦਾ। ਨਾਲ ਕਿਹਾ ਕਿ ਮਹਾਰਾਜ ਫਿਰ ਇਹ ਤਾਂ ਸਾਰੇ ਹੀ ਆਉਣ ਲੱਗ ਜਾਣਗੇ ਵੀ ਮੇਰਾ ਮਰ ਗਿਆ, ਤੁਸੀਂ ਜਿਉਂਦਾ ਕਰੋ। ਕਹਿੰਦੇ ਜਾਓ, ਸਾਡੇ ਜਿੰਨਾ ਚਿਰ ਸਾਡਾ ਸਰੀਰ ਗੋਇੰਦਵਾਲ ਸਾਹਿਬ ਹੈ, ਕਾਲ ਇੱਥੇ ਬਣੇਗਾ ਹੀ, ਕਾਲ ਨੂੰ ਇਹ ਬੰਦ ਕਰ ਦਿੱਤਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਦੂਸਰੇ ਪਿਆਰੇ ਦੀਆਂ, ਗੁਰਮੁਖ ਪਿਆਰਿਆਂ ਦੀ ਆਪਣੀ ਮੌਜ ਹੁੰਦੀ ਹੈ, ਉਹ ਪਰਮੇਸ਼ਰ ਨਾਲ ਭੇਦ ਅਵਸਥਾ 'ਚ ਲੀਨ ਹੋਏ ਹੁੰਦੇ ਨੇ, ਜਿਹਨਾਂ ਨਾਲ ਦੂਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈਂ ਗਏ। ਆਤਮ ਰਸ ਦੇ ਜਾਣ ਦੀ ਸੋ ਹੈ ਫਲ ਉਸਦੇ, ਬ੍ਰਹਮ ਹੈ, ਮੋਹ ਹੈ, ਤਾਸਮ ਹੈ, ਰਚਕ ਨਾ ਹੈ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਹੁਕਮ ਹੈ ਟਲਦਾ ਨਹੀਂ ਹੈ, ਬਦਲਿਆ ਨਹੀਂ ਜਾਂਦਾ, ਉਹ ਮਹਾਂਪੁਰਸ਼ਾਂ ਦੇ ਕੋਲ, ਗੁਰੂਆਂ ਦੇ ਕੋਲ ਬੀਜੋ ਗੌਰ ਹੈ, ਉਹਦੇ ਨਾਲ ਬਦਲ। ਹੁਣ ਰੌਲਾ ਕਿੱਥੇ ਪੈਂਦਾ? ਮਹਾਰਾਜ ਕਹਿੰਦੇ ਵੀ ਜਿਨ ਜਾਵੇ ਇਸ 'ਤੇ ਬਿਨ ਸਭ ਗਿਣਸੇ ਭਰਮਾ, ਭੇਦ ਨਹੀਂ ਆ ਪਾਰ ਬ੍ਰਹਮ। ਜਦ ਪੰਜ ਭਰਮਾਂ ਦਾ ਨਾਸ਼ ਹੋ ਗਿਆ ਅੰਦਰੋਂ, ਉਸ ਵੇਲੇ ਪਾਰ ਬ੍ਰਹਮ ਪਰਮੇਸ਼ਰ ਦੇ ਸਰੀਰ 'ਚ ਹੋਇਆ ਕਰ। ਸਾਡਾ ਕੀ ਹਿਸਾਬ ਕਿਤਾਬ ਹੈ? ਸਾਡਾ ਪਰਮੇਸ਼ਰ ਨਾਲ ਪਿਆਰ ਨਹੀਂ ਪੈਂਦਾ ਕਿਸੇ ਹਾਲ 'ਚ, ਅਸੀਂ ਗਰਜਦੇ ਬੰਦੇ ਹਾਂ। ਰੱਬ ਦੇ ਨਾਲ ਸਾਡੀ ਜਿਹੜੀ ਦੋਸਤੀ ਹੈ, ਮਿੱਤਰਤਾ ਹੈ, ਜਾਣ ਪਛਾਣ, ਪਿਆਰ ਹੈ, ਨੱਚਦੇ ਹਾਂ, ਭੱਜਦੇ ਹਾਂ, ਉਹ ਸਾਰਾ ਇਸ ਵਾਸਤੇ ਹੈ ਵੀ ਸਾਨੂੰ ਸੁਖੀ ਰੱਖੀ, ਸਾਡੀ ਤਰੱਕੀ ਕਰੀ, ਸਾਡਾ ਵਾਧਾ ਕਰੀ, ਦੇਖੀ ਕੋਈ ਮਾੜਾ ਕੰਮ ਸਾਡੇ 'ਤੇ ਨਾ। ਉਹ ਗਰਜਦਾ ਹੈ, ਨਿਸ਼ਕਾਮ ਨਹੀਂ ਹੈ, ਸੱਚਾ ਪਿਆਰ ਨਹੀਂ ਹੈ, ਕਦੇ ਵੀ ਨਹੀਂ ਕਹਿੰਦੇ ਅਸੀਂ, ਸੱਚਾ ਪਿਆਰ ਹੋਰ ਹੋਇਆ ਕਰ। ਸੋ ਸੇਵਾ ਕਰਨ ਦਾ ਜੇ ਵਾਹਿਗੁਰੂ ਨੇ ਨਾ ਆਪਣੀ ਮਰਜ਼ੀ ਦੇ ਮੁਤਾਬਕ ਕਰਿਆ, ਫਿਰ ਅਸੀਂ ਨਾਰਾਜ਼ ਹੋ ਜਾਂਦੇ ਹਾਂ, ਦੋਸ਼ ਕੱਢਦੇ ਹਾਂ ਰੱਬ ਦੇ ਵਿੱਚ ਵੀ ਕੀ ਫਾਇਦਾ ਹੋਇਆ ਸੇਵਾ ਦਾ, ਕੀ ਫਾਇਦਾ ਹੋਇਆ ਦਾਨ ਦਾ, ਇੰਨੇ ਪਾਠ ਕਰੇ ਇਹਦਾ ਕੀ ਫਾਇਦਾ ਹੋਇਆ। ਮਿਹਣੇ ਦੇਣ ਲੱਗ ਜਾਂਦੇ ਨੇ ਲੋਕ ਵੀ ਦੇਖੋ ਜੀ ਇੰਨਾ ਗੁਰਦੁਆਰੇ ਜਾਂਦਾ ਸੀ, ਇਹਦੇ ਨਾਲ ਐਂ ਹੋਇਆ। ਉਹ ਇਸ ਤਰ੍ਹਾਂ ਤਾਂ ਹੋਣਾ ਹੀ ਹੋਣਾ ਹੈ, ਉਹ ਵਾਹਿਗੁਰੂ ਦੀ ਚਾਲ ਨੂੰ ਕੋਈ ਰੋਕ ਨਹੀਂ ਸਕਦਾ। ਪਰ ਇਹ ਹੈ ਵੀ ਜੇ ਸੱਚਾ ਪਿਆਰ ਹੋਵੇ ਪਰਮੇਸ਼ੁਰ ਦਾ, ਪਹਿਲਾਂ ਤਾਂ ਦੁੱਖ ਲੱਗਦਾ ਹੀ ਹੈ, ਕਿਉਂਕਿ ਉਹਦੀ ਮੌਜ ਵਿੱਚ ਆ। ਗੁਰੂ ਦਸਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ। ਪਿਆਰੇ
ਸਾਹਿਬਜ਼ਾਦੇ ਦੋ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਚੁੱਕੇ ਨੇ, ਦੋਹਾਂ ਦਾ ਪਤਾ ਨਹੀਂ ਹੈ, ਜਾ ਰਹੇ ਨੇ ਜਿੱਥੇ ਇੱਟਾਂ ਦੇ ਵਿੱਚ ਕੰਧਾਂ ਦੇ ਵਿੱਚ ਜਿਣੇ ਜਾਣੇ ਨੇ, ਪਰਿਵਾਰ ਦਾ ਪਤਾ ਨਹੀਂ, ਖੇਰੂੰ ਖੇਰੂੰ ਹੋ ਗਿਆ, ਅਨੰਦਪੁਰ ਸਾਹਿਬ ਸਾਰਾ ਲੁੱਟਿਆ ਗਿਆ, ਸਾਰੇ ਪਿਆਰੇ ਗੁਰਸਿੱਖ ਸ਼ਹੀਦ ਹੋ ਗਏ। ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮਿੱਤਰ ਨੂੰ ਸੰਦੇਸ਼ਾ ਦਿੰਦੇ ਨੇ ਬਾਇਬਲ ਨੂੰ ਵੀ, ਮੈਂ ਦੇਖੋ ਆਹ ਜਿਹੜੇ ਟਾਈਮ ਮੈਨੂੰ ਸੱਥਰ ਦੇ ਉੱਤੇ ਪਾਇਆ ਹੈ, ਮੈਨੂੰ ਇਹ ਬਹੁਤ ਚੰਗਾ ਲੱਗਦਾ ਕਿਉਂਕਿ ਤੂੰ ਕਰ ਰਿਹਾ, ਤੇਰੇ ਵੱਲੋਂ ਹੋ ਰਿਹਾ, ਉਮੀਦ ਕਰਦੀ ਹੈ ਕੁਛ ਸਮਾਨ ਤੂੰ ਮਿੱਤਰ ਕਰਦਾ ਹੈ, ਤੇਰਾ ਕੀਤਾ ਹੋਇਆ ਮੈਨੂੰ ਬੜਾ ਹੀ ਪਸੰਦ ਹੈ, ਉਮੀਦ ਕਰੇ ਸੋਈ ਆ ਮਾਨਾ, ਉਮੀਦ ਕੇ ਕਰਤਵ ਕੁਛ ਸਮਾਨ, ਮੀਤ ਹਮਾਰਾ ਅੰਦਰ ਜਾਮੀ ਸਮਰਥ ਪੁਰਖ ਪਾਰ ਬ੍ਰਹਮ ਸਵਾਨ। ਸੋ ਸਾਡੀ ਜੋ ਸੰਬੰਧ ਹੈ ਸਾਡਾ ਵਾਹਿਗੁਰੂ ਨਾਲ, ਉਹ ਮਹਾਰਾਜ ਕਹਿੰਦੇ ਚੰਗੇ ਚੰਗਾ ਕਰ ਮੰਨਦਾ ਹੈ, ਮੰਦੇ ਹੀ ਮੰਦਾ ਹੋਇਆ, ਚੰਗੇ ਵਿੱਚ ਅਸੀਂ ਉਹਦੇ ਬੜੇ ਗੁਣ ਗਾਉਂਦੇ ਹਾਂ, ਅਤੇ ਜੇ ਕੋਈ ਗੱਲ ਸਾਡੀ ਮਰਜ਼ੀ ਤੋਂ ਉਲਟ ਹੋ ਗਈ ਫਿਰ ਅਸੀਂ ਕਹਿੰਦੇ ਹਾਂ ਵੀ ਨਹੀਂ ਰੱਬ ਤਾਂ ਇਹ ਗਿਣਦਾ ਨਹੀਂ, ਪੁੱਛਦਾ ਨਹੀਂ, ਦਿਲ ਟੁੱਟ ਜਾਂਦਾ। ਮਹਾਰਾਜ ਕਹਿੰਦੇ ਆਸ਼ਕੇ ਨਾ ਆਖੀਏ ਜੇ ਦੇਖੇ ਵਰਤੇ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਪੁੱਠਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਮੈਂ ਤਾਈ ਪਾਏ। ਸੋ ਸਾਡੀ ਜਿਹੜੀ ਪਰਮੇਸ਼ੁਰ ਨਾਲ ਜਾਣ ਪਛਾਣ ਹੈ ਆਪਣੇ ਲੋਕ ਤੋਂ ਕੀਮਾ ਉਮੀਦ, ਪਰ ਉਧਰਲੇ ਪਾਸੇ ਵਾਹਿਗੁਰੂ ਕੀ ਕਰਦਾ ਹੈ, ਕਹਿੰਦਾ ਕੋਈ ਨਾ ਠੀਕ ਹੈ ਤੂੰ ਮਿੱਤਰ ਤਾਂ ਮੈਨੂੰ ਮੰਨ ਲਿਆ, ਸਗਲ ਮਨੋਰਥ ਮੁਕਤ ਪਾਤੀ, ਮੈਂ ਤੇਰੇ ਸਾਰੇ ਮਨੋਰਥ ਪੂਰੇ ਕਰਾਂਗਾ ਅਤੇ ਮੁਕਤੀ ਵੀ ਦੇਵਾਂ। ਸੋ ਇਹ ਦੋ ਅਵਸਥਾ ਨੇ, ਇੱਕ ਤਾਂ ਉਹ ਜਿਹੜੀ ਮੈਂ ਪਹਿਲਾਂ ਵਰਣਨ ਕਰੀ ਸੀ, ਬੇਨਤੀ ਕਰੀ ਸੀ ਵੀ ਕਰਮ ਟਲਿਆ ਨਹੀਂ ਜਾਂਦਾ, ਟਾਲਿਆ ਨਹੀਂ ਜਾਂਦਾ, ਭੋਗਣਾ ਪੈਂਦਾ, ਭੋਗੇ ਬਿਨ ਭਾਗੇ ਨਹੀਂ ਕਰਮ ਗੱਲੂ, ਇੱਥੇ ਆ ਕੇ ਫਿਰ ਬੁਰੇ ਦੂਸਰੀ ਤਰ੍ਹਾਂ ਹੋ ਗਿਆ ਕਿ ਜੇ ਗੁਰੂ ਪਤੀਤ ਜਾਵੇ ਉਹ ਮਾਲਕ ਹੈ ਬਾਣੇ ਦਾ, ਉਹ ਸਾਰਾ ਕੁਛ ਬਦਲ ਵੀ ਜਾਂਦਾ। ਗੁਰੂ ਦਸਵੇਂ ਪਾਤਸ਼ਾਹ ਨੂੰ ਸਲਾਹ ਜੀ ਨੇ ਇਹ ਗੱਲ ਪੁੱਛੀ ਸੀ, ਮਹਾਰਾਜ ਕਹਿੰਦੇ ਜਦੋਂ ਗੁਰੂ ਸਿੱਖ ਗੁਰੂ ਦੇ ਚਰਨਾਂ ਦੇ ਸ਼ਰਧਾ ਦੇ ਨਾਲ ਨਮਸਕਾਰ ਕਰਦਾ ਉਹਦੇ ਮਾੜੇ ਦੇ ਬਦਲ ਜਾਇਆ ਕਰਦੇ, ਇੱਥੇ ਉਹ ਸੂਲ ਕੰਮ ਨਹੀਂ ਕਰਦਾ। ਸੋ ਸਾਡੇ ਕੋਲ ਚੀਜ਼ ਕੀ ਹੈ, ਸਾਡੇ ਕੋਲ ਹੈ ਅਰਦਾਸ, ਜਦੋਂ ਸਾਡਾ ਕੋਈ ਵਸ ਨਹੀਂ ਚੱਲਦਾ ਉਸ ਵੇਲੇ ਸਾਡੇ ਕੋਲ ਅਰਦਾਸ ਹੈ ਵਾਹਿਗੁਰੂ ਕੋਲ, ਦਿਲ ਤੋਂ ਅਰਦਾਸ ਕਰਨੀ, ਫਿਰ ਉਹ ਪਸੀਜਦਾ, ਮੰਨਦਾ, ਮਾਫ਼ ਕਰਦਾ, ਬਿਜਲੀਆਂ ਭੁੱਲਾਂ ਕੱਢ ਕੇ ਅੱਗੇ ਤੋਰਦਾ। ਮਹਾਰਾਜ ਕਹਿੰਦੇ ਸਾਹਿਬ ਸੇਤੀ ਹੁਕਮ ਨਾ ਚੱਲਾ ਹੈ, ਕੀ ਚੱਲਦਾ ਹੈ ਕਹਿੰਦੇ ਕਹੀ ਬਣੇ ਅਰਦਾਸ, ਬਿਘਨ ਨਾ ਬਹੁ ਲਾਗਤਾ ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ, ਜਨ ਕੋ ਪ੍ਰਭ ਸੰਗੇ ਅਸਨੇ, ਜਿਹਦਾ ਪਿਆਰ ਹੈ ਵਾਹਿਗੁਰੂ ਦੇ ਨਾਲ ਹੈ, ਕਹਿੰਦੇ ਮੰਗੋ ਉਸਨੋਂ, ਮੰਗ ਲਓ, ਮੰਗਣ 'ਚ ਕੋਈ ਹੱਦ ਨਹੀਂ ਹੈ, ਨਾ ਕਹੋ ਵੀ ਭਾਣਾ ਭਾਣੇ 'ਚ ਮੈਂ ਰਾਜੀ, ਨਹੀਂ ਤਾਕਤ ਭਾਣੇ ਦੀ, ਭਾਣਾ ਨਾ ਮੰਗੋ, ਭਾਣਾ ਦਾ ਕੋਈ ਬਿਰਲਾ ਸਹਿਦਾ, ਭਾਣਾ ਮੰਨਣਾ ਹੱਦ ਤੋਂ ਜ਼ਿਆਦਾ, ਜੀਵ ਕੋਟੀ ਜਾਏ ਅਜੇ ਉਸ ਅਵਸਥਾ 'ਤੇ, ਇਹ ਤਾਂ ਬ੍ਰਹਮ ਗਿਆਨੀਆਂ ਦਾ ਹੁੰਦਾ, ਉਹਨਾਂ ਦੇ ਵਾਸਤੇ ਨਾ ਵਿਛਾਉਣਾ ਹੁੰਦਾ, ਨਾ ਕੁਝ ਜਾਣਾ ਹੁੰਦਾ, ਨਾ ਕੁਝ ਘੱਟਦਾ, ਨਾ ਕੁਝ ਵੱਧਦਾ, ਆਪਣੇ ਚਰਿੱਤਰ ਹੁੰਦੇ ਨੇ, ਪਰਮੇਸ਼ੁਰ ਦਾ ਰੂਪ ਹੁੰਦੇ, ਪਰਮੇਸ਼ੁਰ ਦਾ ਰੂਪ ਹੋ ਕੇ ਆਪੇ ਆਪ ਹੁੰਦੇ, ਜਿਹੜੇ ਵਿਚਾਲੇ ਤੁਰੇ ਜਾਂਦੇ ਆ ਉਹਨਾਂ ਨੂੰ ਤਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਮਹਾਰਾਜ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੈ। ਸੋ ਪਰਮੇਸ਼ੁਰ ਨਾਲ ਜਨ ਕੋ ਪ੍ਰਭ ਸੰਗੇ ਉਸਨੇ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ, ਤੇਰੇ ਕੋਲ ਸਭ ਕੁਛ ਹੈ, ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋਪਾ। ਸੋ ਮੈਂ ਤੇਰੇ ਕੋਲ ਆ ਕੇ ਮਾਨ ਮੰਗ ਲਓ, ਤਾਨ ਮੰਗ ਲਓ, ਧਨ ਲਕਸ਼ਮੀ ਸੁੱਤ ਦੇ, ਮੈਨੂੰ ਪੁੱਤਰ ਵੀ ਦੇ, ਮੈਨੂੰ ਤੂੰ ਪੈਸਾ ਵੀ ਦੇ, ਮੈਂ ਜ਼ੋਰ ਵੀ ਮੰਗਦਾ, ਮਾਣ ਵੀ ਆਪਣਾ ਮੰਗਦਾ, ਤੂੰ ਕਿਰਪਾ ਕਰ। ਮਹਾਰਾਜ ਕਹਿੰਦੇ ਉੱਧਰ ਪ੍ਰਭੂ ਜਦ ਗੁਰੂ ਖੁਸ਼ ਹੋ ਜਾਂਦਾ ਹੈ ਉਸ ਵੇਲੇ ਗੁਰੂ ਦਾ ਹੱਥ ਸੀਸ 'ਤੇ ਆ ਜਾਂਦਾ, ਫਿਰ ਉਹ ਵਿਘਨਾਂ ਤੋਂ ਬਚਾ ਦਿਆ ਕਰਦਾ, ਰੋਗਾਂ ਸੋਗਾਂ ਤੋਂ ਬਚਾਵੇ ਸਤਿਗੁਰ ਮੇਰਾ, ਰੱਖਿਆ ਕੇ
ਸੋਗਨ ਤੇ ਜਲ ਜੋਗਨ ਤੇ ਵਹੁ ਪਾਸ ਵਿਚਾਰ। ਸ਼ਤਰੂ ਅਨੇਕ ਚਲਾਵਤ ਕਾਵ ਤਉ ਤਨੇਕ ਨਾ ਲਗਨ ਪਾਵੈ, ਰਾਖਤ ਹੈ ਆਪਣੋ ਕਰਦਾ ਕਰ ਪਾਪ ਸੂਰ ਨਾ ਪੇਟ ਨ ਪਾਵੈ, ਔਰ ਕੀ ਬਾਤ ਕਹਾਂ ਕਹਿ ਕੋ ਸੁਖ ਪਟ ਦੀ। ਸੋ ਸਾਧ ਸੰਗਤ ਜੀ, ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਜੋ ਵਿਘਨ ਪੈ ਰਿਹਾ ਸੀ ਸੜਕ ਦੇ ਉੱਤੇ, ਵਾਰ ਵਾਰ ਐਕਸੀਡੈਂਟ ਹੁੰਦੇ ਸੀ, ਹਰਮਨ ਪ੍ਰਾਂਤ ਵਾਲੇ ਪ੍ਰੇਮੀਆਂ ਦੇ ਮਨ ਵਿੱਚ ਪਰਮੇਸ਼ੁਰ ਨੇ ਪ੍ਰੇਰਨਾ ਕਰੀ ਅਤੇ ਇਹਨਾਂ ਨੇ ਜਨ ਸਮੂਹ ਦਾ ਭਲਾ ਮੰਗਦੇ ਹੋਏ ਇੱਕ ਨੇਕ ਇਰਾਦਾ ਕੀਤਾ। ਐਕਸੀਡੈਂਟ ਹੁੰਦੇ ਨੇ, ਹੁਕਮ 'ਚ ਹੁੰਦੇ ਨੇ, ਹੇ ਪ੍ਰਭੂ ਤੂੰ ਬਖਸ਼ ਲੈ, ਤੂੰ ਬਹੁਤ ਦਿਆਲੂ ਹੈ, ਸਾਡੇ ਤੇਰਾ ਹੁਕਮ ਮੰਨਿਆ ਨਹੀਂ ਜਾਂਦਾ, ਮੁਸ਼ਕਿਲ ਹੈ ਸਾਨੂੰ, ਤੂੰ ਸਾਡੇ ਉੱਤੇ ਕਿਰਪਾ ਵਾਲਾ ਯਾਤਰਾ, ਦਿਆਲਤਾ ਵਾਲਾ ਹਰ ਹੱਥ ਰੱਖ, ਇਹ ਗੁਰੂ ਤੇਰੇ ਘਰ 'ਚ ਕੋਈ ਘਾਟਾ। ਸੋ ਉਹਦੇ ਵਾਸਤੇ ਪਰਮ ਪਵਿੱਤਰ ਗੁਰਬਾਣੀ ਦਾ ਪ੍ਰਸਾਰ ਲਗਾਤਾਰ ਅਖੰਡ ਪਾਠ ਕੀਤਾ, ਮਨ ਵਿੱਚ ਇਹ ਭਾਵਨਾ ਰਹੀ ਕਿ ਸੰਸਾਰ ਦਾ ਭਲਾ ਹੋ ਜਾਵੇ, ਬਚ ਜਾਵੇ ਸੰਸਾਰ, ਬੜਾ ਪਾਪਾਂ ਨਾਲ ਭਰਿਆ ਪਿਆ, ਥਾਂ ਥਾਂ 'ਤੇ ਐਸੇ ਕਰਮ ਨੇ ਕਿ ਸਜ਼ਾ ਮਿਲਦੀ ਹੋ ਰਹੇ, ਪਰ ਤੂੰ ਕਿਰਪਾ ਕਰ, ਸਾਡਾ ਜਿਹੜਾ ਸੁਭਾਅ ਹੈ ਹਮਰੋ ਸੁਹਾਓ ਸਦਾ ਸਤਪੁਰ, ਸਾਡਾ ਸੁਭਾਅ ਭੁੱਲ ਜਾਣਾ, ਤੇਰਾ ਸੁਭਾਅ ਹੈ ਬਖਸ਼ ਦੇਣਾ, ਤੂੰ ਕਿਰਪਾ ਕਰ। ਪਾਠ ਹੋਇਆ ਅਤੇ ਉਹਦੇ ਮਹਾਰਾਜ ਮਹਾਰਾਜ ਨੇ ਕਿਰਪਾ ਕਰਕੇ ਆਪਣਾ ਪ੍ਰਮਾਣ ਇਸ ਤਰ੍ਹਾਂ ਕੀਤਾ, ਸਾਰੇ ਪੜ੍ਹੇ ਹੋਣ। ਸਦਾ ਸਿਖ ਸਦਾ ਤੇਰੀ ਨਾਮ
Thank you.